ਸਾਡੇ ਨਾ ਪਿੰਡ 20 ਦਿਨਾਂ ਚ ਚਾਰ ਮੌਤਾਂ ਹੋ ਗਈਆਂ ਤੇ ਜਿਹੜਾ ਟਰੈਕਟਰ ਮਾਰਚ ਹੋ ਰਿਹਾਗਾ ਉਹ ਤੇ ਵੀ ਬੇਨਤੀ ਕਰੋ ਵੀ ਸਾਰੇ ਇਹ ਬਸ ਆਈ ਆ ਤਰਨਾਟ ਦੇ ਪਿੰਡੋਂ ਹਮੀਰਗੜ੍ਹ ਤੋਂ ਆਪਾਂ ਲੈ ਕੇ ਆ ਰਹੇ ਹਾਂ ਗੋਆ ਖੇਤ ਇਹ ਹੋ ਰਿਹਾ ਸੀ ਯਾਰ ਇਕੱਠਾ ਮਤਲਬ 3-4 ਦਿਨਾਂ ਦਾ ਹੋ ਰਿਹਾ ਸੀ ਹਨਾ ਤੜਕੀ ਤੁਹਾਨੂੰ ਪਤਾ ਕਿੰਨਾ ਔਖਾ ਹੁੰਦਾ ਖੇਤ ਜਾਣਾ ਹਨਾ ਤੇ ਤਾਂ ਕਰਕੇ ਮੈਂ ਘਰੇ ਕਹਿ ਦੇਣਾ ਮੈਂ ਵੀ ਇਹਨੂੰ ਇਕੱਠਾ ਕਰ ਲਏ ਯਾਰ ਅੱਜ ਇਕੱਠੀ ਲੈ ਕੇ ਜਾ ਰਿਹਾ ਮੈਂ ਖਾਸੇ ਦਿਨਾਂ ਦਾ 2-3 ਯਾਰ ਹੁਣ ਵਧੀਆ ਨੇ ਬਹੁਤਾ ਕੀ ਕਰਨਾ ਇਕੱਠਾ ਕਰਕੇ ਬੱਗ ਅਤੇ ਸਿਵਿਆਂ 'ਚ ਮੱਚ ਰਹੀ ਅੱਗ ਅੱਗ ਯਾਰ ਸਾਡੇ ਨਾ ਅੱਜ ਮਰਗਤ ਹੋ ਗਈ ਜਿਵੇਂ ਮੈਂ ਪਿਛਲੇ ਬਲੌਗ ਇੱਕ ਪਹਿਲਾਂ ਤਾਂ ਸਾਡੇ ਨਾ ਪਿੰਡ 20 ਦਿਨਾਂ 'ਚ ਚਾਰ ਮੌਤਾਂ ਹੋ ਗਈਆਂ ਹਾਂ ਮਾਮਾ ਦੇ ਪੁੱਤ ਛੱਡ ਕੇ ਜਾਈ ਜਾਂਦੇ ਨੇ ਆਪ ਇੱਕ ਵਾਰ ਮਰਦੇ ਅਤੇ ਪਿਛਲਿਆਂ ਨੂੰ ਰੋਜ਼ ਮਰਾਈ ਜਾਂਦੇ ਨੇ ਪਿਛਲੇ ਤਾਂ ਰੋਜ਼ ਮਰ ਮਰ ਜੀਂਦੇ ਨੇ ਅਤੇ ਮੈਂ 2 ਲਾਈਨਾਂ ਲਿਖੀਆਂ ਉਹ ਸੁਣਾਉਂਦਾ ਤੁਹਾਨੂੰ ਪੁੱਤਰ ਕਿਸੇ ਦਾ ਮਾੜਾ ਨਾ ਕਰੀ ਇਹ ਜਾਂਦਾ ਕਹਿ ਗਿਆ ਤੂੰ ਦੁੱਗਣੀ ਮਿਹਨਤ ਕਰੀ ਜਿੰਨੀ ਮਿਹਨਤ ਮੈਂ ਕਰਦਾ ਹਾਂ ਪਰ ਚੰਗਾ ਨਹੀਂ ਕੀਤਾ ਪਿਓ ਮੇਰੇ ਆ ਤੂੰ ਇੱਕ ਵਾਰ ਮਰ ਗਿਆ ਅਤੇ ਮੈਂ ਹਰ ਰੋਜ਼ ਮਰਦਾ ਹਾਂ ਅਤੇ ਮੈਂ ਹਰ ਰੋਜ਼ ਮਰਦਾ ਹਾਂ ਅਤੇ ਵੈਲਕਮ ਟੂ ਨਿਊ ਬਲੌਗ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਆਪਾਂ ਗੋਹਾ ਲੈ ਕੇ ਜਾ ਰਹੇ ਹਾਂ ਅਤੇ ਵਿੱਚ ਯਾਰੀ ਮੰਮੀ ਪੱਥਣਾ ਵੀ ਜ਼ਰੂਰੀ ਆ ਤਾਂ ਦੇਖੋ ਕੀ ਲਟਾ ਪੀਂਘ ਹੋ ਰਿਹਾ ਲਟਾ ਪੀਂਘ ਘੜੀਸੇ ਪੈ ਰਹੇ ਨੇ ਤੂੰ ਤਾਂ ਬੜਾ ਦਰਦ ਹੁੰਦਾ ਯਾਰ ਗੋਹਾ ਗੇਰਾਂਗੇ ਆਪਾਂ ਕੱਪੜੇ ਕਿਉਂਕਿ ਯਾਰ ਨਹੀਂ ਨੀਚੋਂ ਨਾ ਭੂੰਡੀਆਂ ਸੁੰਡੀਆਂ ਵੜ ਜਾਂਦੀਆਂ ਨੇ ਸੁੰਡੇ ਪੈ ਜਾਂਦੇ ਨੇ ਹਨਾ ਪਾਥੀਆਂ 'ਚ ਤਾਂ ਫਿਰ ਉਹਦੇ ਕਰਕੇ ਪਾਥੀਆਂ ਹੋ ਜਾਂਦੇ ਨੇ ਖੋਖਲੀਆਂ ਅਤੇ ਛੇਤੀ ਮੱਚ ਜਾਂਦੀਆਂ ਨੇ ਤਾਂ ਆਪਾਂ ਵਿਛਾਲੀਏ ਫਿਰ ਗੇਰਦੇ ਹਾਂ ਇੰਨਾ ਗੋਹਾ ਸੀ ਅੱਜ ਆਹ ਦੇਖੋ ਯਾਰ ਬਣਾਏ ਯਾਰੀਆਂ ਖੱਟੀਆਂ ਕੋਈ ਕਦੇ ਗਦਾਰੀ ਨੀ ਖੱਟੀ ਤੇ ਆਪਣੀ ਖੱਟੀ ਆਖਰੇ ਬਾਲ ਹੋ ਰਹੇ ਡਿੱਗ ਡੁੱਗ ਗਈ ਸੀ ਸ਼ਾਇਦ ਹਨਾ ਤਾਂ ਕਰਕੇ ਲਿਆ ਬਾਲ ਨੇ ਉਹ ਮੈਂ ਇਹ ਦੋਨੇ ਅੰਦਰ ਵੱਡੀਆਂ ਨੇ ਇੰਡੀਵਿਜੁਅਲ ਪਰ ਇਹ ਪਰਸਨਲ ਬੱਗਲ 'ਚ ਨੇ ਇਹਨਾਂ ਦੇ ਬਾਕੀ ਬਾਹਰ ਨੇਗੀਆਂ ਇਹ ਬੰਨੀਆਂ ਵੀ ਆਣਾ ਅਤੇ ਇੱਥੇ ਤਾਂ ਇੱਥੇ ਮਿੱਟੀ ਕਰਾਈ ਵੀ ਆਣਾ ਉਹਦੇ ਨਾਲ ਇਹਨਾਂ ਨੂੰ ਗਰਮੀ ਉਹ ਹੁੰਦੀ ਹੈਗੀ ਤਾਂ ਕਰਕੇ ਅਤੇ ਮੰਮੀ ਲੱਗ ਗਈ ਗੋਹਾ ਪੱਥਣ ਫੜਾ ਲਾਸਣ ਦੇਖ ਲਈਏ ਆਪਾਂ ਹੈ ਨਾ ਜੇ ਤਾਂ ਸੁੱਕਿਆ ਹੋਇਆ ਮਾੜਾ ਬਰਸੀਨ ਰਮਾਇਆ ਵਾ ਤੀ ਹੈ ਨਾ ਜੇ ਉਹਦੇ ਵਾਲਾ ਕਿਆਰਾ ਸੁੱਕ ਰਿਹਾ ਹੋਇਆ ਤਾਂ ਗੁੱਡ ਦਾਂਗੇ ਨਹੀਂ ਫਿਰ ਘਰ ਨੂੰ ਮੁੜ ਜਾਵਾਂਗੇ ਆ ਹੈਗਾ ਆਪਣਾ ਲਸਣ ਅਤੇ ਇਹ ਹੈਗਾ ਗਿੱਲਾ ਹਲੇ ਇਹ 'ਚ ਨਵੀਂ ਆ ਗਈ ਮਤਲਬ ਹੈ ਨਾ ਗਿੱਲ ਪਈ ਹੈਗੀ ਤਾਂ ਹਲੇ ਬੱਤ ਨਹੀਂ ਆਇਆ ਜਦੋਂ ਬੱਤ ਆ ਗਏ ਉਹਨੂੰ ਫਿਰ ਗੁੱਡਾਂਗੇ ਫਿਰ ਇਹ 'ਚ ਪਾਵਾਂਗੇ ਰਾਖ ਰਾਖ ਨਾਲ ਇਹਦਾ ਮੈਨੂੰ ਵਧੀਆ ਮਿਲਦਾ ਗਾ ਇਹਦੀ ਕੀ ਹੁੰਦੇ ਨੇ ਖਣਿਜ ਪਦਾਰਥ ਇਹਨੂੰ ਹੈ ਨਾ ਡਾਇਟ ਵਧੀਆ ਮਿਲਦੀ ਆ ਤਾਂ ਇਹ ਵਧੀਆ ਹੋ ਜਾਂਦਾ ਗਾ ਚਲੋ ਫਿਰ ਸੁੱਕੇ ਦੀ ਉਹ ਕਰਦੇ ਹਾਂ ਫਿਰ ਤਾਂ ਬਰਸੀਨ ਵੀ ਨਹੀਂ ਵੱਢਿਆ ਜਾਣਾ ਯਾਰ ਅੱਜ ਆਉਂਦਾ ਆਪਣਾ ਕੁੱਤਾ ਚਾਚੇ ਨਾਲ ਅਤੇ ਆਉਣਗੇ ਆਪਣੇ ਸਫੈਦੇ ਸਫੈਦਿਆਂ ਦੀ ਮੈਂ ਤੁਹਾਨੂੰ ਸੱਚਾਈ ਦੱਸ ਦਾਂਗਾ ਆਹ ਸਫੈਦੇ ਲਾਈ ਸੀ 11 ਅਗਸਤ 2016 ਨੂੰ ਮੈਂ ਉਦੋਂ ਨਾ ਲਾਈਫ ਦਾ ਫਲੇਮ ਓਇਲ ਹੈ ਜਦੋਂ ਜੀਓ ਦੇ ਸਿਮ ਫਰੀ ਤੀ ਹੈ ਨਾ ਅਤੇ ਮੇਰੀ ਮੰਮੀ ਕਹਿੰਦੀ ਪਹਿਲਾਂ ਖੇਤ ਆਪਾਂ ਰੇੜੀ 'ਚ ਸਫੈਦੇ ਲਾ ਕੇ ਆਉਂਦੇ ਹਾਂ ਮਾਮੇ ਨਹੀਂ ਆਉਂਦਾ ਕਹਿੰਦੀ ਫਿਰ ਤੈਨੂੰ ਫੋਨ ਦਬਾਵਾਂਗੇ ਫਿਰ ਮੈਨੇ ਅਤੇ ਸਫੈਦੇ ਲਾਏ ਅਤੇ ਫੋਨ ਮਿਲਿਆ ਇਹ ਤੋਂ ਮੈਂ ਸਿੱਖਿਆ ਕਿ ਆਪਾਂ ਬਦਲੇ 'ਚ ਕੁਛ ਨਾ ਕੁਛ ਕਿਸੇ ਤੋਂ ਭਾਲਦੇ ਹਾਂ ਤਾਂ ਕਰਕੇ ਹੁਣ ਮੈਂ ਆਹ ਕੰਮ ਸਾਰੇ ਨਾ ਖੁਸ਼ੀ ਨਾਲ ਕਰਦਾ ਕੱਖ ਪਾਉਣੇ ਜਾਂ ਲਿਆਉਣੇ ਕਿਉਂਕਿ ਯਾਰ ਜਦੋਂ ਕੋਈ ਤੁਰ ਜਾਂਦਾ ਨਾ ਘਰ 'ਚੋਂ ਉਦੋਂ ਬੜਾ ਉਹ ਲੱਗਦਾ ਜਿਵੇਂ ਪਹਿਲਾਂ ਵੀ 4 ਮੈਸਾਂ ਦੇ ਕੱਖ ਪਾਉਣੇ ਔਖੇ ਲੱਗਦੇ ਸੀ ਇਹਨਾਂ ਦੇ ਤਾਂ ਹੁਣ 2 ਤਾਂ ਫਿਰ ਉਹ ਗੱਲ ਜੀ ਨਹੀਂ ਬਣਦੀ ਹੁਣ ਐਂ ਆਉਂਦਾ ਯਾਰ ਵੀ ਇੰਨੀਆਂ ਹੋਣ ਪੈਸਾ ਬਣਦਾ ਨਾ ਜੋ ਪੈਸਾ ਅਜੇ ਨਾ ਦਿਮਾਗ 'ਚ ਸਾਰੇ ਕੰਮਾਂ 'ਚ ਇੰਟਰਸਟ ਪੈਦਾ ਹੋ ਜਾਂਦਾ ਇਹ ਆ ਹਾਰਾ ਹਾਰੇ ਨਹੀਂ ਇਹਨੂੰ ਮਿੱਟੀ 'ਚ ਦੱਬ ਲਾ ਦਿੰਦੇ ਹੈ ਨਾ ਦੁੱਧ ਧੱਤਾ ਕਰਨ ਇੱਕ ਤਰ੍ਹਾਂ ਦਾ ਐਕਸਟਰਾ ਚੁੱਲ੍ਹਾ ਤਾਂ ਆਹ ਦੇਖੋ ਹੁਣ ਇਹਨੂੰ ਢੱਕ ਦਾਂਗੇ ਉਹ ਜਿਹੜਾ ਬੱਠਲ ਫੁੱਟਿਆ ਪਿਆ ਹੈਗਾ ਉਹਨਾਂ ਢੱਕ ਦਾਂਗੇ ਧੂੰਆਂ ਨਿਕਲੇ ਜਾਊ ਸੇਕ ਇਹਦਾ ਅੰਦਰ ਉਹ ਮੈਂ ਧਰਨੇ 'ਤੇ ਜਾਣ ਦੀ ਸਲਾਹ ਬਣਾਈ ਆ ਬਾਪੂ ਦੇਖੋ ਬਾਪੂ ਆਹ ਦੇਖੋ ਤੂੜੀ ਵਾਲੇ 'ਚ ਅਸੀਂ ਨਹੀਂ ਕਿਤੇ ਸਮਝੋ ਵੀ ਬਾਪੂ ਤੂੜੀ ਵਾਲੇ 'ਚ ਸਿੱਟ ਕੇ ਆਪੇ ਪਏ ਉਰੇ ਤਾਂ ਨਹੀਂ ਠੰਡ ਲੱਗਦੀ ਲੱਗਦੀ ਮਾੜੀ ਮਾੜੀ ਹਵਾ ਉਰੇ ਵੀ
ਹਾਂ ਇੱਥੋਂ ਦੀ ਆਉਂਦੀ ਆ ਉਹ ਪਈਆ ਦੇਖ ਸਾਹਮਣੇ ਕੀ ਪਿਆ ਪੈਗ ਮਾਰੇ ਕੱਦਾ ਹੈਗੀ ਆ ਹਾਂ ਇਹ ਹੱਥ ਨੇ ਲਾ ਲਾ ਕੇ ਦਿਖਾਗਾ ਬਾਪੂ ਕਹਿੰਦਾ ਪਾਲਾ ਗਾ ਵੀ ਇੱਕ ਅੱਧਾ ਪੈਗ ਬਣਦਾ ਪਰ ਬਾਪੂ ਪੀਂਦਾ ਨਹੀਂ ਗਾ ਇਹ ਤਾਂ ਊਈ ਉਹ ਕਰਦਾ ਦਾ ਹਨਾ ਤਾਂ ਇਹ ਤਾਂ ਊਈ ਸੇਫਟੀ ਕਿਤੇ ਰਿਸ਼ਤੇ ਰੁਸ਼ਤੇਦਾਰ ਵਾਸਤੇ ਰੱਖ ਰੱਖੀ ਹੈਗੀ ਆਪਾਂ ਨੇ ਪਾਥੀਆਂ ਪਾਉਣੀਆਂ ਨੇ ਰੇਹੜੀ 'ਚ ਅਤੇ ਮਾਸੀ ਖੜੀ ਆ ਮਾਸੀ ਕਾ ਪਿਆ ਗੋਆ ਪੱਥਣ ਵਾਲਾ ਮਾਸੀ ਵਿਚਾਰੀ ਢਿੱਲੀ ਰਹਿੰਦੀ ਹੈਗੀ ਹੈ ਨਾ ਤਾਂ ਕਰਕੇ ਨਹੀਂ ਉਹ ਕਰਦੀ ਅਤੇ ਮੇਰੀ ਮੰਮੀ ਤਾਂ ਉਹ ਲੱਗ ਰਹੀ ਆ ਪੱਥਣ ਅਤੇ ਆਹ ਦੇਖੋ ਕਿੰਨਾ ਗੋਹਾ ਪਿਆ ਗਾ ਮੈਂ ਤੁਹਾਨੂੰ ਦਿਖਾਵਾਂ ਜਿਹੜੀਆਂ ਢੇਰੀਆਂ ਨੇ ਹੈ ਨਾ ਇਹ ਗੋਹੇ ਦੀਆਂ ਇਹ ਮਾਸੀ ਕਾ ਗੋਹਾ ਅਤੇ ਆਪਣਾ ਇੱਧਰੋਂ ਮੈਂ ਪਾਥੀਆਂ ਲੈ ਕੇ ਚੱਲਦਾ ਘਰੇ ਕਿਉਂਕਿ ਮੰਮੀ ਨੂੰ ਯਾਰ ਤਾਂਸਲੇ 'ਤੇ ਜਾਂ ਟੋਕਰੇ 'ਤੇ ਘਰ ਤੱਕ ਲੈ ਜਾਣਾ ਬਹੁਤ ਔਖਾ ਕਿਉਂਕਿ 500-600 meters ਹੈਗਾ ਘਰ ਵੀ ਤਾਂ ਕਰਕੇ ਔਖਾ ਹੈਗਾ ਚਲੋ ਆਹ ਪਾ ਲਈਏ ਫਿਰ ਰੇਹੜੀ ਭਰ ਲਈ ਆਪਾਂ ਨੇ ਆਹ ਦੇਖੋ ਅਤੇ ਮੇਰੇ ਚਾਚੇ ਦਾ ਮੁੰਡਾ ਟਰੈਕਟਰ 'ਤੇ ਗਾਣਾ ਚੱਲ ਰਿਹਾ ਸੀ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ ਹੈ ਨਾ ਤਾਂ ਮਾਂ ਦਾ ਜ਼ਿਕਰ ਹਰ ਕੋਈ ਕਰਦਾ ਕਿਉਂਕਿ ਜੋ ਜਨਮ ਦਿੰਦਾ ਅਤੇ ਪਰਵਰਿਸ਼ ਕੌਣ ਦਿੰਦਾ ਆਪਾਂ ਨੂੰ ਪਿਓ ਅਤੇ ਪਿਓ ਨੂੰ ਹਰ ਕੋਈ ਭੁੱਲ ਜਾਂਦਾ ਅਤੇ ਭੁੱਲਣਾ ਨਹੀਂ ਚਾਹੀਦਾ ਦੋਨਾਂ ਦੀ ਇਕੁਅਲ ਇੰਪੋਰਟੈਂਸ ਹੈਗੀ ਕਿਉਂਕਿ ਸਟਰਗਲ ਕਰਨਾ ਮਾਂ ਪਿਓ ਹੀ ਸਿਖਾਉਂਦੇ ਨੇ ਜਿਹੜਾ ਅੱਜ ਵੀਰ ਮਰਿਆ ਨਾ ਸਾਡੇ ਪਿੰਡ 'ਚ ਬਾਈ ਤਾਂ ਉਹਦੇ ਮੁੰਡਿਆ ਸਿਰਫ 1 ਸਾਲ 10 ਮਹੀਨਿਆਂ ਦਾ ਤਾਂ ਉਹਨੂੰ ਦੇਖਿਓ ਕਿੰਨੀ ਸਟਰਗਲ ਲਾਈਫ ਦੇਖਣੀ ਪਊਗੀ ਅੱਗੇ ਉਹ ਲੱਗ ਰਹੇ ਨੇ ਦੇਖੋ ਜਵਾਕ ਖੇਡਣਾ ਜਵਾਕ ਹੁੰਦੇ ਨੇ ਬੱਚੇ ਬੱਚੇ ਮੰਨਦੇ ਸੱਚੇ ਹੈ ਨਾ ਅਤੇ ਉਹਨਾਂ ਲੋਕਾਂ ਤੋਂ ਮੈਨੂੰ ਨਫ਼ਰਤ ਆ ਜੋ ਪੱਕੀਆਂ ਗੱਲਾਂ ਦੀਆਂ ਹਵਾ ਮਾਰਦੇ ਨੇ ਅਤੇ ਵਾਅਦੇ ਕਰਦੇ ਨੇ ਕੱਚੇ ਹੈ ਨਾ ਜਿਨ੍ਹਾਂ ਦੇ ਵਾਅਦੇ ਲਿਕੜਦੇ ਨੇ ਕੱਚੇ ਤਾਂ ਇਹ ਗਰਾਊਂਡ ਦੇਖੋ ਤਿਆਰ ਹੋ ਰਿਹਾ ਹੈਗਾ ਆਹ ਜਾਲ ਜਿਹਾ ਲਾਤਾ ਸਾਡੇ ਪਿੰਡ ਦਾ ਤਾਂ ਇਹ ਉਹੀ ਗਰਾਊਂਡ ਆ ਜਿਹਦਾ ਅਮਰਿੰਦਰ ਨੇ ਉਦਘਾਟਨ ਕਰਿਆ ਸੀ ਪਰ ਔਨਲਾਈਨ ਕਿਉਂਕਿ ਉਹਦੇ ਛਿੱਤਰ ਪੈਂਦੇ ਜੇ ਉਦੋਂ ਰਿਹਾ ਜਾਂਦਾ ਆਹ ਸਾਰਾ ਇਕੱਠ ਬਈ ਉਹਨਾਂ ਦੀ ਹੈਗਾ ਵਿਚਾਰਿਆਂ ਦਾ ਤਾਂ ਸਾਡੇ ਪਿੰਡ ਹੈ ਨਾ 4 ਮੌਤਾਂ ਹੋ ਗਈਆਂ ਯਾਰ 20 ਕੁ ਦਿਨਾਂ 'ਚ ਅਤੇ ਬੜਾ ਔਖਾ ਲੱਗਦਾ ਰੋਜ਼ ਸਿਵਿਆਂ 'ਚ ਜਾਣਾ ਹੈ ਨਾ ਦਾਹ ਕਰਾਉਣਾ ਕਿਉਂਕਿ ਆਪਦਿਆਂ ਗਏ ਹੋਇਆਂ ਦੀ ਯਾਦ ਆ ਜਾਂਦੀ ਆ ਤਾਂ ਬਸ ਪੇਨ ਆ ਪੇਨ ਪੇਨ ਨੋ ਗੇਨ ਇਹ ਤੋਂ ਬਿਨਾਂ ਸਫਲ ਵੀ ਨਹੀਂ ਹੋਵਾਂਗੇ ਜੇ ਨਾ ਮਿਲਿਆ ਧਰਨਾ ਮਤਲਬ ਦਿੱਲੀ ਨਹੀਂ ਯਾਰ ਜਿੰਨੀ ਸਾਡੇ ਨੇੜੇ ਵੀ ਰੋਜ਼ ਪੰਪ 'ਤੇ ਧਰਨਾ ਲੱਗਦਾ ਜਿਹੜੀ ਤੁਹਾਨੂੰ ਵੀਡੀਓ ਦੇਖੀ ਦੇ ਨਾ ਵੀ ਉੱਥੇ ਕਿਸਾਨ ਟੁੱਟੇ ਨੇ ਪੁਲਿਸ ਵਾਲਿਆਂ ਨੇ ਸਰਕਾਰੀ ਮੁਲਾਜ਼ਮਾਂ ਨੇ ਤਾਂ ਸਾਡੇ ਇੱਥੇ ਦੀ ਪੰਪ 'ਤੇ ਤਾਂ ਚੱਲਦੇ ਹਾਂਗੇ ਨਾਲ ਮੇਰੇ ਪੋਪਲ ਜੱਟ ਸਾਡੇ ਇੱਧਰ ਦਾ ਲੱਗਦਾ ਧਰਨਾ ਅਤੇ ਆਹ ਦੇਖੋ ਕਿੰਨੀਆਂ ਟਰਾਲੀਆਂ ਸਾਡੇ ਨਾ ਇੱਥੇ ਰਿਲਾਇੰਸ ਪੰਪਾਂ ਨੇੜੇ ਅਤੇ ਇੱਥੇ ਤਾਂ ਨਾ ਪਿਛਲੇ ਸਤੰਬਰ ਤੋਂ ਧਰਨਾ ਚੱਲ ਰਿਹਾ ਜਦੋਂ ਦੀ ਸ਼ੁਰੂਆਤ ਹੋਈ ਆ ਨਾ ਅਤੇ ਇੱਥੇ ਲੰਗਰ ਬਣਦਾ ਹੈਗਾ ਰੋਜ਼ ਲੱਗਦਾ ਸਾਡੇ ਨਹੀਂ ਛੱਡੇ ਵੀ ਹਲੇ ਰਿਲਾਇੰਸ ਪੰਪ ਕਿਤੇ ਕਿਤੇ ਵਿਹਲੇ ਕਰਤੇ ਤਾਂ ਸਾਡੇ ਨਹੀਂ ਕਰੇ ਤਾਂ ਸਾਡੇ ਤਾਂ ਡਟੇ ਹੋਏ ਨੇ ਬੇਬੇ ਗਹਾਰਾ ਲਾਉਂਗੇ ਆ ਲਾ ਤਾ ਬੇਬੇ ਕਿੰਨੇ ਮਹੀਨੇ ਹੋ ਗਏ ਆਪਾਂ ਨੂੰ ਇੱਥੇ ਬੈਠਿਆਂ ਨੂੰ ਭਲਾਂ ਦੀ ਫਿਰ ਲੱਗਦਾ ਮੋਦੀ ਕਰੂਗਾ ਹੱਲ ਕਨਾ ਹਾਂ ਦੇਖੋ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਦਿੱਲੀ ਵੀ ਬੈਠੀਆਂ ਨੇ ਉਹਨਾਂ ਦੇ ਵੀ ਆਈ ਵਿਚਾਰ ਨੇ ਵੀ ਗਲ ਗੁੱਠਾ ਦੇ ਦਾਂਗੇ ਅਸੀਂ ਉਹਨਾਂ ਦੇ ਤਾਂ ਹੁਣ ਤਾਂ ਮੋਦੀ ਦੀ ਬਸ ਖਤਮ ਆਉਣ ਦੀ ਵਾਰੀ ਆ ਗਈ ਕਿਉਂਕਿ ਹੁਣ ਆਪਣੀ ਕੌਮ ਉਹਦੇ ਭਾਰੀ ਪਊਗੀ ਜਿਹੜੇ ਬੈਠੇ ਨੇ ਗੇ ਹਨਾ ਤੇ ਆਹ ਲੇਲਾਂ ਕੈਂਚੀਆਂ ਵਾਲਾ ਹਨਾ ਪੰਪ ਅਸੀਂ ਵਿਹਲਾ ਨਹੀਂ ਕਰਦੇ ਜਿੰਨਾ ਚਿਰ ਉਹ ਨਹੀਂ ਮੰਨਦਾ ਕਿਤੇ ਕਿਤੇ ਵਿਹਲੇ ਕਰਤੇ ਲੋਕਾਂ ਨੇ ਪੰਪ ਹੋਰ ਆਪਾਂ ਨਹੀਂ ਕਰਦੇ ਤਾਂ ਸਾਡੇ ਵਾਲੇ ਦਾ ਪੱਕਾ ਮੇਰੇ ਘਰ ਆ ਦਿੱਲੀ ਗਿਆ ਹੋਇਆ ਮੇਰਾ ਕਾਕਾ ਜਾ ਕੇ ਰਾਜਵਿੰਦਰ ਪਿੰਡ ਕਾਲ ਬੰਜਾਰਾ ਉੱਥੇ ਸਾਰੇ ਬੋਲ ਕੇ ਆਏ ਚੰਗਾ ਬਹੁਤ ਵਧੀਆ ਮੀਡੀਆ ਵਾਲੇ ਨੇ
ਬਹੁਤ ਚੰਗੀਆਂ ਫੋਟੋਆਂ ਲੈ ਜਾਣੇ ਸਾਰੇ ਉਹਦੀ ਆਵਾਜ਼ ਪੂਰੀ ਫੜੀ ਆ ਉਹਨਾਂ ਨੇ ਅਸੀਂ ਲੋਕਲ ਵੀ ਬੈਠੇ ਆਂਗੇ ਇੱਥੇ ਹਨਾ ਪੰਪਾਂ ਦੇ ਧਰਨੇ ਲਾ ਰਹੇ ਆਂਗੇ ਤੇ ਬਾਕੀ ਸਾਰਿਆਂ ਦੇ ਇੱਕ ਇੱਕ ਜੀ ਟੱਬਰ ਦਾ ਦੋ ਦੋ ਵਾਰ ਇੰਨੇ ਵਾਰ ਹਾਜ਼ਰੀ ਭਰ ਕੇ ਆਉਂਦੇ ਨੇ ਦਿੱਲੀ ਤਾਂ ਵਾਰੀ ਵੱਟੇ ਜਾ ਰਹੇ ਨੇ ਦਿੱਲੀ ਆਹ ਦੇਖੋ ਗਹਾਰਾ ਲਾਤਾ ਇੱਥੇ ਤੇ ਆਹ ਪੰਪ ਦੇ ਤਾਂ ਪੱਕਾ ਹੀ ਆ ਜਿੰਨਾ ਚਿਰ ਯਾਰ ਬਿੱਲ ਵਾਪਸ ਨਹੀਂ ਹੁੰਦੇ ਪੱਠੇ ਵੀ ਮੇਰ ਚ ਨੇ ਸਾਡੀ ਹਨਾ ਜੱਟਾਂ ਦੀ ਚ ਤਾਂ ਸਾਰੇ ਆਪਣੀ ਨੇ ਗੇ ਬਸ ਕੱਲਾ ਮੋਦੀ ਬਗਾਨਾ ਹੋ ਗਿਆ ਮੁੰਡੇ ਕੰਮ ਕਰਨ ਵਾਲੇ ਤਾਂ ਇੰਨਾ ਦਰਦ ਆ ਯਾਰ ਹਨਾ ਬੀਬੀਆਂ ਭੈਣਾਂ ਵੀਰ ਭਾਈ ਜਿਹੜੇ ਬੈਠੇ ਨੇ ਧਰਨਿਆਂ 'ਤੇ ਤਾਂ ਦੇਖ ਲਓ ਯਾਰ ਰੋਣਾ ਆਉਂਦਾ ਗਾ ਇਹਨਾਂ ਦੇ ਦਰਦ ਸੁਣ ਕੇ ਵੀ ਸਾਡੇ ਪੁੱਤ ਅੱਗੇ ਜਵਾਕ ਭੁੱਖੇ ਮਰ ਜਾਣਗੇ ਜਿਹਨੇ ਬਿੱਲ ਪਾਸ ਕਰਤੇ ਤਾਂ ਸਾਰੇ ਹਾਜ਼ਰੀ ਭਰੋ ਹਰ ਥਾਂ 'ਤੇ ਟਰੈਕਟਰ ਮਾਰਚ 'ਤੇ ਪਹੁੰਚੋ ਨੇੜੇ ਪੰਪ ਦੇ ਧਰਨਾ ਲੱਗ ਰਿਹਾ ਰਿਲਾਇੰਸ ਵਾਲਿਆਂ ਦੇ ਅੰਬਾਨੀ ਹੋਰਾਂ ਦੇ ਹਨਾ ਤਾਂ ਉੱਥੇ ਵੀ ਜਾਓ ਸਹੀ ਗਿਆ ਗਾ ਮੈਂ ਸਹੀ ਗੱਲ ਆ ਪੋਪਲਾ ਤਾਂ ਦੇਖ ਲਓ ਯਾਰ ਆਪਣਾ ਫਿਰ ਅੰਦੋਲਨ ਆ ਨਾ ਫਿਰ ਪੂਰਾ ਚੜੂਗਾ ਜੇ ਆਪਾਂ ਯੋਗਦਾਨ ਪਾਉਂਦੇ ਰਵਾਂਗੇ ਤਾਂ ਚੱਲਦੇ ਹਾਂ ਘਰੇ ਹੁਣ ਆਪਾਂ